ਇਸ ਸਿਰਫ ਲੜਕੀਆਂ ਦਾ ਬਿਆਨ ਹੈ ਤੁਸੀਂ ਦੇਖ ਸਕਦੇ ਹੋ ਸਾਰੀ ਦੁਕਾਨ ਸਾਰੀ ਲੜਕੀਆਂ ਦਾ ਬਿਆਨ ਹੈ ਮੁਖਤਲਿਫ ਟਾਈਪ ਮੁਖਤਲਿਫ ਵਰਾਇਟੀ ਸਾਰੀ ਵਰਾਇਟੀ ਲੱਗੀ ਅਤੇ ਬੰਦਾ ਜਿਹੜਾ ਮੈਂ ਕੈਮਰਾਮੈਨ ਸੀ ਮੈਂ ਪੁੱਛ ਰਿਹਾ ਸੀ ਮੁਗਲ ਪਾਣ ਦਿੰਦਾ ਅਤੇ ਮੈਂ ਦੁਕਾਨ ਦੀ ਮਾਲਕਣ ਸੀ ਮੈਂ ਲਾਓ ਪਾਣੀ ਉਹਨਾਂ ਨੇ ਤਾਂ ਵੀਡੀਓ ਬਣਾ ਕੇ ਉਹ ਦੇਖ ਲਿਆ ਬੜਾ ਸ਼ੁਕਰੀਆ ਉਹਨਾਂ ਦਾ ਅਤੇ ਸ਼ੁਰੂ ਕਰਨ ਨਾਲ ਇਹ ਪਹਿਲਾ ਪਰਸ ਜਿਹੜਾ ਛੋਟਾ ਇਹ ਬੈਗ ਛੋਟਾ ਲੜਕੀਆਂ ਆਪਣੇ ਹੱਥ 'ਚ ਲੱਗਦੀਆਂ ਅਕਸਰ ਮਾਈਆਂ ਉੱਥੇ ਉਸਨੂੰ ਥੋੜ੍ਹੀ ਵਰਾਇਟੀ ਹੈ ਅਤੇ ਸਾਰੀ ਵਰਾਇਟੀ ਲੱਗੀ ਆ ਤੁਹਾਨੂੰ ਤਕਰੀਬਨ 350 ਤੋਂ ਲੈ ਕੇ 400 ਤੱਕ ਮਿਲ ਜਾਏਗਾ ਜੇ ਜ਼ਿਆਦਾ ਆਰਡਰ ਜ਼ਿਆਦਾ ਪੀਸ ਲਵੋਗੇ ਤਾਂ ਰੇਟ ਘੱਟ ਵੀ ਜਾਏਗਾ ਇਹਦੇ ਅੰਦਰ ਦੋ ਪਾਊਚ ਹੈ ਪਾਊਚ ਦੋ ਨੇ ਇੱਧਰੋਂ ਵੀ ਖੁੱਲ੍ਹ ਜਾਂਦਾ ਹੈ ਤੁਸੀਂ ਖੁੱਲ੍ਹ ਜਾਣਾ ਹੋਵੇ ਤਾਂ ਖੁੱਲ੍ਹਦਾ ਨਹੀਂ ਪਿਆ ਹੋਣਾ ਖੁੱਲ੍ਹ ਜਾਂਦਾ ਹੈ ਅੰਦਰ ਵੀ ਤੁਸੀਂ ਚੀਜ਼ਾਂ ਰੱਖ ਸਕਦੇ ਹੋ ਠੀਕ ਤਿੰਨ ਚਾਰ ਪਾਊਚ ਨੇ ਤੁਸੀਂ ਕਾਰਡ ਸ਼ਾਰਡ ਪਾ ਸਕਦੇ ਹੋ ਜ਼ਿਪ ਹੈ ਇੱਕ ਦੋ ਤਿੰਨ ਚਾਰ ਪੰਜ ਠੀਕ ਹੈ ਇਸ 'ਚ ਵਰਾਇਟੀ ਨਾਲ ਕੋਈ ਢੇਰ ਹੈ ਦੇਖੋ ਕਲਰ ਸਾਰੇ ਲੱਗੇ ਨੇ ਵਰਾਇਟੀ ਦੇ ਡਿਜ਼ਾਇਨ ਢੇਰ ਨੇ ਬਾਅਦ ਇਹਦਾ ਥੱਲੇ ਵਾਲੇ ਦਾ ਰੇਟ ਹੈ ਤਕਰੀਬਨ ਤੁਹਾਨੂੰ 400 ਤੋਂ 430-440 ਤੱਕ ਮਿਲੇਗਾ ਇਸ ਤੋਂ ਬਾਅਦ ਅਗਲਾ ਇਹ ਦੇਖੋ ਥੱਲੇ ਆ ਗਏ ਤੁਸੀਂ ਬੜਾ ਹੀ ਸੋਹਣਾ ਅਤੇ ਪਿਆਰਾ ਬੈਗ ਲੱਗੇ ਆ ਇਹਦੇ ਨਾਲ ਛੋਟਾ ਜਿਹਾ ਪਾਊਚ ਵੀ ਲੱਗੇ ਆ ਇਹਨੂੰ ਖੋਲ੍ਹੋ ਇਹ ਅੰਦਰ ਦੇਖੋ ਦੋ ਪਾਊਚ ਨੇ ਜ਼ਿਪ ਹੈ ਇਹਦੇ ਨਾਲ ਲੱਗਿਆ ਇਸ 'ਚ ਵਰਾਇਟੀ ਵੀ ਢੇਰ ਹੈ ਇਹ ਸਾਰੀ ਵਰਾਇਟੀ ਲੱਗੀ ਹੈ ਇਹ ਸਾਰੀ ਵਰਾਇਟੀ ਲੱਗੀ ਹੈ ਢੇਰ ਡਿਜ਼ਾਇਨ ਨੇ ਸੋਹਣੇ ਸੋਹਣੇ ਪੀਸ ਨੇ ਇਹ ਤੁਹਾਨੂੰ ਮਿਲੇਗਾ ਤਕਰੀਬਨ 800 ਤੋਂ 850 ਦੇ ਵਿੱਚ ਤਾਂ ਠੀਕ ਕੋਈ 20-30-40-50 ਉੱਤੇ ਥੱਲੇ ਹੋ ਵੀ ਜਾਣਗੇ ਅਤੇ ਜ਼ਿਆਦਾ ਕੁਆਲਿਟੀ ਇਸ ਲੋਅ ਕੁਆਲਿਟੀ ਕੋਈ ਨਹੀਂ ਅੱਛਾ ਬੈਗ ਸੋਹਣਾ ਬੈਗ ਹੈ ਕੁਆਲਿਟੀ ਵਾਲਾ ਬੈਗ ਹੈ ਇਸ ਤੋਂ ਬਾਅਦ ਅੱਗੇ ਇਹ ਡਿਜ਼ਾਇਨ ਲੱਗਿਆ ਗੋਲ ਦੋ ਲੈਣ ਵਾਲਾ ਤੁਸੀਂ ਦੇਖ ਰਹੇ ਹੋ ਇਹ ਯੂਨੀਵਰਸਿਟੀ ਦੀ ਲੜਕੀਆਂ ਇਹ ਬੈਗ ਲੈ ਸਕਦੀਆਂ ਤਰੇ ਜ਼ਿਪਾਂ ਲੱਗੀਆਂ ਨੇ ਜ਼ਿਪ ਦੇ ਅੰਦਰ ਇਹ ਪਾਊਚ ਲੱਗੇ ਨੇ ਦੇਖੋ ਕੀਆਂ ਸ਼ੀਆਂ ਤੁਸੀਂ ਢੇਰ ਵਿੱਚ ਪਾ ਸਕਦੇ ਹੋ ਛੋਟਾ ਬੈਗ ਹੋ ਗਿਆ ਢੇਰ ਸਾਰੇ ਪਾਊਚ ਨੇ ਇਹਦੇ ਵਿੱਚ ਰੰਗ ਵੀ ਢੇਰ ਨੇ ਪੀਲਾ ਸੂਆ ਕਾਲਾ ਚਿੱਟਾ ਇਹ ਸਾਰੇ ਢੇਰ ਇਹ ਸਾਰੀ ਵਰਾਇਟੀ ਲੱਗੀ ਹੈ ਇਹ ਗੋਲ ਬੈਗ ਠੀਕ ਇਹ ਤੁਹਾਨੂੰ ਮਿਲ ਜਾਏਗਾ 500 ਤੋਂ ਲੈ ਕੇ 550 ਤੋਂ 600 ਤੱਕ ਠੀਕ ਬੜਾ ਸਸਤਾ ਅਤੇ ਆਸ ਕੇ ਹਜ਼ਾਰ ਦਾ ਤੁਸੀਂ ਕਹੋ 1200 ਦਾ ਕਹੋ 700-800 ਦਾ ਵਿਕ ਜਾਏਗਾ ਠੀਕ ਹੈ ਇਸ ਤੋਂ ਅੱਗੇ ਤੁਹਾਡੇ ਕੋਲ ਫੈਂਸੀ ਮਹਿੰਦੀ ਵਾਲਾ ਇਹ ਬੜਾ ਸੋਹਣਾ ਬੈਗ ਲੱਗੇ ਨੇ ਤੁਹਾਨੂੰ ਸ਼ਾਦੀ ਵਿਆਹਾਂ ਦੇ ਤੁਹਾਨੂੰ ਪਤਾ ਦੁਲਹਨਾਂ ਦੇ ਹੱਥ 'ਚ ਬੈਗ ਲਾਜ਼ਮੀ ਹੁੰਦਾ ਸੋਹਣਾ ਇਹ ਬੈਗ ਫੜਿਆ ਹੁੰਦਾ ਉਹਨਾਂ ਨੇ ਠੀਕ ਹੈ ਇਹ ਤੁਸੀਂ ਖੋਲ੍ਹ ਕੇ ਤੁਹਾਨੂੰ ਦਿਖਾਉਣਾ ਇਹਦੇ ਨਾਲ ਇਹਦੀ ਚੇਨ ਵੀ ਲਗਾ ਹੋਇਆ ਠੀਕ ਹੈ ਇਸ 'ਚ ਮੁਖਤਲਿਫ ਡਿਜ਼ਾਇਨ ਨੇ ਠੀਕ ਅਤੇ ਇਹ ਕਿੰਨੇ ਦਾ ਇਹ ਜਨਾਬ ਤੁਹਾਨੂੰ ਮਿਲੇਗਾ ਇਹ ਤੁਹਾਨੂੰ ਮਿਲੇਗਾ ਫੈਂਸੀ ਵਾਲਾ ਇਹ ਦੇਖੋ 550-600 ਤੋਂ 650 ਤੱਕ ਜਿਹੜਾ ਹੱਸ ਕੇ ਤੁਸੀਂ 1200-1300 ਦਾ ਕਹੋ 1500 ਦਾ ਵੀ ਕਹੋ ਨਿਕਲ ਜਾਏਗਾ ਕਿਉਂ ਸਾਡੇ ਤਾਂ ਮੋਤੀ ਲੱਗੇ ਨੇ ਇਹ ਉਹ ਜਿਹੜੇ 1500 ਦਾ ਮੈਂ ਹੱਥ ਨਹੀਂ ਪਾ ਸਕਦਾ ਇਹ ਇੱਕ ਮੇਰੇ ਸਾਹਮਣੇ ਨਜ਼ਰ ਆ ਰਿਹਾ ਕਿੰਨਾ ਸੋਹਣਾ ਮੋਤੀ ਲੱਗਿਆ ਇਹਨੂੰ ਰੰਗ ਬਿਰੰਗੀ ਮੋਤੀ ਲੱਗਿਆ ਤੁਹਾਨੂੰ ਤਕਰੀਬਨ 600-650 ਤੱਕ ਚਾਈਨਾ ਮਾਰਕੀਟ 'ਚ ਲੱਭ ਜਾਏਗਾ ਕੀ ਚਾਹੀਦਾ ਮੰਗਾਓ ਆਪਣਾ ਕਾਰੋਬਾਰ ਸ਼ੁਰੂ ਕਰੋ ਠੀਕ ਹੈ ਇਸ ਤੋਂ ਬਾਅਦ ਅਗਲਾ ਜਿਹੜਾ ਅਸੀਂ ਨੈਕਸਟ ਆਈਏ ਉਸ ਤੋਂ ਬਾਅਦ ਗੋਲ ਲੰਬਾ ਜਿਹੜਾ ਇਹ ਤੁਹਾਨੂੰ ਦਾ ਪੀਸ ਵਿਖਾਇਆ ਨਾ ਉਹਦੇ ਵਿੱਚ ਹੀ ਹੈ ਇਹ ਇਹ ਉਹਦੀ ਬੇਟੀ ਹੈ ਇਹ ਉਹੀ ਪਰਸ ਉਹਦੇ ਵਿੱਚ ਹੀ ਆ ਜਿਹੜਾ ਡਿਜ਼ਾਇਨ ਹੋ ਰਿਹਾ ਹੈ ਵੇਖੋ ਕਿੰਨੇ ਜ਼ਰਾ ਮੋਤੀ ਲੱਗੇ ਨੇ ਅਤੇ ਇਹਦਾ ਕੀ ਰੇਟ ਹੈ ਗੋਲ ਲੰਬਾ ਇਹ ਤੁਹਾਨੂੰ 520 ਤੋਂ ਲੈ ਕੇ 560-580 ਤੱਕ ਮਿਲ ਜਾਏਗਾ ਅਤੇ ਇਹਦੇ ਅੰਦਰ ਵੀ ਉਹੀ ਪਾਊਚ ਢੇਰ ਸਾਰੇ ਨੇ ਇਸ ਪਾਸੇ ਦੋ ਪਾਊਚ ਨੇ ਅਤੇ ਇਸ ਪਾਸੇ ਵੀ ਦੋ ਠੀਕ ਇਸ ਵਿੱਚ ਵਰਾਇਟੀ ਢੇਰ ਹੈ ਸੂਆ ਚਿੱਟਾ ਕਾਲਾ ਵਰਾਇਟੀ ਢੇਰ ਸਾਰੀ ਹੈ ਇਸ ਤੋਂ ਅਗਲਾ ਜਿਹੜਾ ਜਾਂ ਕਿ ਲਾਈਕ ਇਹ ਬਹੁਤ ਸੋਹਣਾ ਬੈਗ ਹੈ ਮੈਨੂੰ ਪਸੰਦ ਆਇਆ ਨਿਆਣੇ ਵੀ ਨਾਲ ਨਾਲ ਹੀ ਨੇ ਇਹ ਦੇਖੋ ਇਹ ਦੋ ਬੈਗ ਨੇ ਬੜੇ ਸੋਹਣੇ ਇਹ ਸਮਝੋ ਜਿਹੜੀਆਂ ਅਕਸਰ ਲੇਡੀਜ਼ ਜਿਹੜੀਆਂ ਨੇ ਨਾ ਇਹ ਜਿਵੇਂ ਲੇਡੀਜ਼ 50-60 ਸਾਲ ਦੀਆਂ 50-60 ਸਾਲ ਦਾ ਕਹਿ ਰਹੇ ਨਾ 30-40 ਸਾਲ ਦੀਆਂ ਨਾ ਜਿਹੜੀਆਂ ਬੱਚੇ ਨਾਲ ਨਾਲ ਇਹ ਬੜੀ ਸੋਹਣਾ ਬੈਗ ਹੈ ਤੁਸੀਂ ਦੇਖੋ ਇਹਦੀ ਵਰਾਇਟੀ ਚੈੱਕ ਕਰੋ
ਇਹ ਚੀਜ਼ ਹੈ ਤੂੰ ਖੋਲੋ ਜੀ ਇਹਦੇ ਅੱਗੇ ਪਾਊਚ ਨੇ ਇਹ ਪਾਊਚ ਹੈ ਇਸ ਤੋਂ ਬਾਅਦ ਚਾਰ ਪਾਊਚ ਹੈ ਇਸ ਪਾਸੇ ਚਾਰ ਪਾਊਚ ਹੈ ਬੜੀ ਸੋਹਣਾ ਬੈਗ ਹੈ ਇਸ 'ਚ ਵਰਾਇਟੀ ਵੀ ਢੇਰ ਸਾਰੀ ਇਹਨਾਂ ਦੀ ਪੀਲੇ ਰੰਗ ਦਾ ਉਸ ਤੋਂ ਬਾਅਦ ਤੁਸੀਂ ਇੱਥੇ ਦੇਖੋ ਇਸ ਤਰ੍ਹਾਂ ਦੀ ਵਰਾਇਟੀ ਲੱਗੀ ਹੈ ਫੈਂਸੀ ਬੈਗ ਬੜਾ ਹੀ ਸੋਹਣਾ ਬੈਗ ਹੈ ਬੜਾ ਅੱਛਾ ਫੜਿਆ ਹੋਵੇ ਲੇਡੀਜ਼ ਨੇ ਤਾਂ ਬੜਾ ਅੱਛਾ ਲੱਗਦਾ ਇਸ ਤਰ੍ਹਾਂ ਖੁੱਲ ਜਾਂਦਾ ਠੀਕ ਦੂਸਰੇ ਪਾਸੇ ਇਸ ਤਰ੍ਹਾਂ ਤਕਰੀਬਨ 8-9 ਪਾਕ ਪੈਂਦੇ ਨੇ 4 ਪਾਕ ਪੈਂਦੇ ਨੇ ਢੇਰ ਸਾਰੀਆਂ ਚੀਜ਼ਾਂ ਪੈ ਜਾਂਦੀਆਂ ਇਹ ਬੈਗ ਤੁਹਾਨੂੰ ਮਿਲੇਗਾ 1000 ਦਾ 1200 ਦਾ ਇਹ ਹੈ 620 ਤੋਂ ਲੈ ਕੇ 680 ਦਾ ਤੁਹਾਨੂੰ ਇਹ ਬੈਗ ਮਿਲ ਜਾਏਗਾ ਠੀਕ ਹੈ ਉਸ ਤੋਂ ਬਾਅਦ ਅਗਲਾ ਬੈਗ ਇਸ ਪਾਸੇ ਇਹ ਆਖਰੀ ਬੈਗ ਹੈ ਇਹ ਸਿੰਪਲ ਬੈਗ ਹੈ ਤੁਸੀਂ ਦੇਖੋ ਸਿੰਪਲ ਬੈਗ ਹੈ ਸਿੰਪਲ ਬੈਗ ਨੇ ਨਾਲ ਲਿਖੀ ਹੈ ਨਾਲ ਨਹੀਂ ਆਓ ਇਸ ਤਰ੍ਹਾਂ ਨਾਲ ਨਿੱਕੇ ਨਿੱਕੇ ਵੀ ਬੜੇ ਇਹ ਸਿੰਪਲ ਬੈਗ ਹੈ ਲੇਕਿਨ ਪਾਊਚ ਦੇ ਢੇਰ ਸਾਰੇ ਨੇ ਇਹ ਦੇਖੋ ਪਾਊਚ ਅੰਦਰ ਜਗ੍ਹਾ ਢੇਰ ਸਾਰੀ ਚੀਜ਼ਾਂ ਪਾਉਣ ਵਾਸਤੇ ਕਾਰਡ ਸ਼ਾਰਡ ਪਾ ਲਓ ATM ਪਾ ਲਓ ਇਹ ਦੇਖੋ ਅੰਦਰ ਜ਼ਿੱਪ ਵਾਲਾ ਵੀ ਹੈ ਵੈ ਛੋਟਾ ਜਿਹਾ ਬੈਗ ਹੈ ਲੇਕਿਨ ਅੰਦਰ ਪਾਊਚ ਢੇਰ ਸਾਰੇ ਨੇ ਇਹਦਾ ਰੇਟ ਕੀ ਹੈ ਇਹ ਤੁਹਾਨੂੰ 450 ਤੋਂ 400 ਦਾ ਮਿਲ ਜਾਏਗਾ ਠੀਕ ਅਤੇ ਮਿਨੀਮਮ ਕੁਆਲਿਟੀ ਦੀ ਹੈ 600 ਪੀਸ 5 ਕਾਟਨ 1 ਕਾਟਨ ਦੇ ਵਿੱਚ 120 ਪੀਸ ਨੇ ਅਤੇ 5 ਕਾਟਨ ਮਿਨੀਮਮ ਆਰਡਰ ਹੈ 600 ਪੀਸ ਅਤੇ ਤਕਰੀਬਨ ਹਿਸਾਬ ਲਾ ਲਓ ਮੈਂ ਜਿਹੜਾ ਇਹ ਇੱਕ ਬੈਗ ਹੈ ਜਿਹੜਾ ਜ਼ਰਾ ਜ਼ਿਆਦਾ ਮਹਿੰਗਾ ਹੈ ਫੈਂਸੀ ਇਹ ਤਕਰੀਬਨ 600 ਤੱਕ ਬਾਕੀ ਸਾਰੇ ਤੁਹਾਨੂੰ 400, 500, 600 ਤੱਕ ਬੈਗ ਮਿਲ ਜਾਣਗੇ ਅਤੇ ਆਣ ਲਓ ਕੰਮ ਸ਼ੁਰੂ ਕਰੋ ਆਰਡਰ ਦਿਓ ਸਾਨੂੰ ਬੈਗ ਮੰਗਾਓ 600 ਪੀਸ ਮੰਗਾਓ 600 ਘੱਟੋ ਘੱਟ ਹੈ ਲੜਕੀਆਂ ਦੇ ਸਕੂਲ ਦੇ ਬਾਹਰ ਲਾ ਲਓ ਵੇਚੋ ਅਤੇ ਆਪਣੀ ਦਿਹਾੜ ਲਓ ਅਤੇ ਜਲਦ ਤੋਂ ਜਲਦ ਸਾਨੂੰ ਆਰਡਰ ਦਿਓ ਇਜਾਜ਼ਤ ਦਿਓ ਪਟੀਕੰਦਰ ਨੂੰ ਸਲਾਮ ਬਾਏ